ਅੱਛਾ ਦੱਸਿਓ ਫਿਰ ਪਾਣੀ ਕਿੱਧਰੋਂ ਆਇਆ ਸੀਗਾ ਫਿਰ ਜੀ ਪਾਣੀ ਇੱਧਰੋਂ ਆਇਆ ਇੱਧਰੋਂ ਆਇਆ ਉੱਪਰ ਹਾਂਜੀ ਕੁਛ ਇੱਧਰੋਂ ਆਇਆ ਤੇ ਕੁਛ ਉੱਪਰੋਂ ਦੀ ਆਇਆ ਤਾਂ ਫਿਰ ਕਿੱਧਰੋਂ ਪਾਣੀ ਇੱਧਰ ਨੂੰ ਗਿਆ ਇੱਧਰੋਂ ਗਿਆ ਜੀ ਆ ਫਸਲ ਦਾ ਹਾਲ ਦੱਸੋ ਫਿਰ ਤੁਹਾਡੇ ਫਸਲਾਂ ਦਾ ਹਾਲ ਫਸਲ ਦਾ ਹਾਲ ਦੇਖ ਲੋ ਕੀ ਬਣਿਆ ਹੁੰਦਾ ਬਹੁਤ ਬੁਰਾ ਹਾਲ ਕਈ ਲੋਕ ਸਮਝਦੇ ਜਿੱਦਾਂ ਪੰਜਾਬ ਜਿੱਦਾਂ ਅਸੀਂ ਲੰਡਨ ਤੋਂ ਆਏ ਨਾ ਇੰਗਲੈਂਡ ਤੋਂ ਆਏ ਹਾਂ ਉਹ ਕਹਿੰਦੇ ਪਏ ਉਸ ਮੇਰੇ ਖਿਆਲ ਉਹ ਸੋਚਦੇ ਨਹੀਂ ਕਿੰਨਾ ਤੁਹਾਡਾ ਨੁਕਸਾਨ ਹੋਇਆ ਨੁਕਸਾਨ ਤਾਂ ਬਹੁਤ ਜ਼ਿਆਦਾ ਤੁਸੀਂ ਦੱਸੋ ਉਹਨਾਂ ਨੂੰ ਸੰਗਤਾਂ ਨੂੰ ਨੁਕਸਾਨ ਕਿੰਨਾ ਹੋਇਆ ਭਈ ਇੱਥੇ ਤੁਹਾਨੂੰ ਕੀ ਮਦਦ ਮਿਲ ਰਹੀ ਹੈ ਕੀ ਤੁਹਾਨੂੰ ਮਦਦ ਦੀ ਲੋੜ ਆ ਮਦਦ ਦੀ ਲੋੜ ਤਾਂ ਬਹੁਤ ਜ਼ਿਆਦਾ ਜੀ 5000 ਦਾ ਸਾਡੀ ਲੁਆਈ ਲੱਗੀ ਝੋਨੇ ਦੀ ਯਾਰ ਕੱਦੂ ਦਾ ਕਿਰਾਇਆ 1500 ਰੁਪਇਆ ਲੁਆਈ ਡਾਈ ਦੀ ਬੋਰੀ 2000 ਤੇ ਦੂਜਾ ਦਵਾਈ ਹੁਣ ਜਿਹੜੀ ਆਮਦਨ ਸਿਰਾਉਣੀ ਸੀਗੀ ਤੁਹਾਨੂੰ ਆਮਦਨ ਦਾ ਆਮਦਨ ਸਾਡੀ 30000 ਦੇ ਕੇ ਤਾਂ ਹੁਣ ਕੀ ਹੋਊਗਾ ਤੁਹਾਡਾ ਫਿਰ ਹੁਣ ਸਾਡਾ ਕੁਛ ਵੀ ਨਹੀਂ ਜੀ ਸਰਕਾਰ ਨੇ ਤੇ ਮਸ਼ੀਨ ਜਿਹੜੀ ਉਹਦੇ ਕਿਰਾਏ ਪੂਰਾ ਹੋਣਾ ਉਹਦਾ ਕਿਰਾਏ ਮਸਾ ਹੋਏਗਾ 1200 ਰੁਪਇਆ ਸਾਰੀ ਜ਼ਮੀਨ ਲੱਗਦੀ ਇੱਥੋਂ ਗਾਹਾਂ ਤੱਕ ਦਾ ਭਈ ਬਿਲਕੁਲ ਤਬਾਹੀ ਹੋਈ ਲੱਗਦੀ ਹੈ ਹਾਂਜੀ ਹਾਂਜੀ ਸਭ ਪੱਲੇ ਹੀ ਕੱਖ ਨਹੀਂ ਜੀ ਬੁੱਚੜ ਵੀ ਨਹੀਂ ਲੱਭਦੇ ਕਿਉਂਕਿ ਮੈਂ ਤਾਂ ਸਾਰਿਆਂ ਦੇ ਪਿੱਛੇ ਕਹਿੰਦਾ ਭਈ ਪੰਜਾਬ ਦੇ ਕਿਸਾਨ ਪਹਿਲਾਂ ਵੀ ਤੜਫਦੇ ਆ ਹਾਂਜੀ ਹਾਂਜੀ ਹੁਣੇ ਹੜ ਆ ਕੇ ਬਿਲਕੁਲ ਪੱਠਾ ਵੀ ਆ ਗਿਆ ਕਈ ਲੋਕਾਂ ਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਤੁਸੀਂ ਇਹ ਕਹਿੰਦੇ ਸਾਰਿਆਂ ਨੂੰ ਭਈ ਹੁਣ ਪੰਜਾਬ ਆ ਕੇ ਜੇ ਤੁਸੀਂ ਨਹੀਂ ਕਿਸੇ ਨੂੰ ਪੈਸੇ ਦੇਣੇ ਆ ਕੇ ਮਦਦ ਕਰੋ ਆਪੇ ਹੀ ਆ ਕੇ ਕਰੋ ਅਸੀਂ ਤਾਂ ਹੀ ਥੋੜੀ ਜੀ ਕਰ ਸਕਦੇ ਹਾਂ ਇਸ ਵੇਲੇ ਪਰ ਅਸੀਂ ਹੋਰ ਵੀ ਕਰਨਾ ਚਾਹੁੰਦੇ ਹਾਂ ਉਹ ਸੋਚਣਾ ਭਈ ਕਿੱਦਾਂ ਕਰਨਾ ਅਸੀਂ ਅੱਛਾ ਪਰ ਇਹ ਮੈਂ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਇੰਗਲੈਂਡ ਦੇ ਅਮਰੀਕਾ ਜਿਹੜੇ ਦੇਖਦੇ ਆ ਤੁਹਾਡਾ ਸੁਨੇਹਾ ਭਈ ਪੰਜਾਬ ਤੁਸੀਂ ਸਮਝੋ ਨਾ ਪੰਜਾਬ ਅਮੀਰ ਆ ਉਹ ਸਾਰੇ ਸਮਝੇ ਪੰਜਾਬ ਬਹੁਤ ਅਮੀਰ ਆ ਨਹੀਂ ਨਹੀਂ ਪੰਜਾਬ ਦੇ ਪੱਲੇ ਕੱਖ ਨਹੀਂ ਕਰਜ਼ਾ ਨਹੀਂ ਲੱਥਾ ਦੇ ਫੇਰ ਕੀ ਪੰਜਾਬ ਪੰਜਾਬ ਗਰੀਬ ਜਿੰਨਾ ਇਹਨਾਂ ਸੂਬਾ ਕਿਹੜਾ ਆ ਹਾਂਜੀ ਇਹ ਸਾਰੇ ਬਹੁਤ ਗਲਤ ਸੋਚਦੇ ਪਿੱਛੇ ਜੀ ਇਹ ਤਾਂ ਕਰਜ਼ਾ ਨਹੀਂ ਲੱਥਾ ਜੀ ਪਿਛਲਾ ਲੋਕਾਂ ਦੇ ਸਿਰ ਤੇ ਕਰਜ਼ਾ ਆੜਤੀਆਂ ਦਾ ਬੜਾ ਦੂਜਾ ਕਰਜ਼ਾ ਬੜਾ ਹੈ ਬੈਂਕਾਂ ਦਾ ਉਹ ਏਰੀਏ ਤੇ ਕਣਕ ਦੀ ਬਿਜਾਈ ਨਹੀਂ ਜੀ ਹੋ ਰਹੀ ਅਗਾ ਪਿੱਛੇ ਵੀ ਆ ਪਾਣੀ ਖੜਾ ਹੈ ਉਹਦੀ ਕਣਕ ਦੀ ਕਣਕ ਦੀ ਬਿਜਾਈ ਨਹੀਂ ਹੋਣੀ ਜੀ ਹੁਣ ਤੇ ਪਿੱਛੇ ਤੁਹਾਡੀ ਮਦਦ ਕਿੱਥੋਂ ਆਈ ਆ ਗਵਰਨਮੈਂਟ ਕਹਿੰਦੇ ਥੋੜੇ ਥੋੜੇ ਪੈਸੇ ਦਿੱਤੇ ਕਿਸੇ ਨੂੰ ਕੁਛ ਵੀ ਨਹੀਂ ਦਿੱਤਾ ਅਜੇ ਤੱਕ ਕੱਖ ਨਹੀਂ ਸਾਨੂੰ ਮਿਲਿਆ ਅਜੇ ਤੱਕ ਰੁਪਈਆ ਨਹੀਂ ਜਿਹੜਾ ਤੁਹਾਡੇ ਵਰਗੇ ਸੌਦਾ ਦੇ ਗਏ ਇਹ ਹੈਗਾ ਜਿਹੜੇ ਮਦਦ ਕਰ ਗਏ ਨੇ ਸੇਵਾ ਜਿਹੜੀ ਕਰ ਗਿਆ ਬਾਕੀ ਕੁਛ ਨਹੀਂ ਮਿਲਿਆ ਇਹ ਜਿਹੜੇ ਗੁਰਮਤ ਗਿਆਨ ਕੁਝ ਵਾਲੀ ਸਿੰਘ ਤੇ ਬੀਬੀ ਜੀ ਤੇ ਪਹਿਲੇ ਵਿੱਚ ਆਏ ਸੀ ਤੁਹਾਡੇ ਕੋਲ ਹਾਂਜੀ ਆਏ ਸੀ ਹਾਂਜੀ ਹੁਣ ਅੱਜ ਦੱਸਦੇ ਕਿੰਨੇ ਤੁਹਾਨੂੰ ਮਿਲ ਜਾਣਾ ਆ ਹੁਣ ਥੋੜਾ ਜਿਹਾ ਦੇਰ ਨਾ ਆਇਆ ਰਾਸ਼ਨ ਪਾਰੇ ਤਾਂ ਅੱਗੇ ਦੇ ਨੂੰ ਫਿਰ ਆਏ ਹਾਂਜੀ ਪ੍ਰੋਬਲਮ ਅਸੀਂ ਸੋਚਦੇ ਪਏ ਗਾਹਾਂ ਕੀ ਕਰਨਾ ਹੁਣ ਮੈਂ ਤਾਂ ਹੀ ਇਸ ਲੰਡਨ ਆਏ ਆ ਅਸੀਂ ਅੱਛਾ ਭਈ ਗਾਹਾਂ ਤੁਹਾਡੀ ਕੀ ਲੋੜ ਆ ਗਾਹਾਂ ਤਾਂ ਲੋੜ ਸਾਡੀ ਪਲੀਆਂ ਬੀਜਣ ਪਲੀਆਂ ਬੀਜਣ ਹੁਣ ਬੈਠੇ ਆ ਆ ਕਿੰਨਾ ਚਿਰ ਲੱਗੂਗਾ ਇਹ ਖੇਤ ਨੂੰ ਮੁੜ ਕੇ ਜਿੱਦਾਂ ਭਈ ਬੀਜਣ ਨੂੰ ਬੀਜਣ ਨੂੰ ਤਾਂ ਇਹ ਗਾਂ ਕੱਤੇ ਮੱਗਰ ਜੀ ਬੀਜਣਾ ਜੀ ਬਿਜਾਈ ਹੋਊਗੀ ਜੀ ਤੀਆਂ ਦਿਨਾਂ ਨੂੰ ਡੇਢ ਮਹੀਨੇ ਨੂੰ ਬਿਜਾਈ ਹੋਵੇਗੀ ਓਕੇ ਇਹ ਕੀ ਪਿੰਡ ਦਾ ਨਾਂ ਜੀ